ਬ੍ਰਾਡਵੇ ਤੁਹਾਡੇ ਵਿਦੇਸ਼ ਜਾਣ ਦੇ ਸੁਪਨਿਆਂ ਨੂੰ ਦੇਵੇਗਾ ਹਕੀਕਤ ਦੀ ਉਡਾਂ ਬਹੁਤ ਸਵਾਗਤ ਹੈ ਜੀ ਸਾਰਿਆਂ ਦਾ ਬਹੁਤ ਮਹੱਤਵਪੂਰਨ ਪ੍ਰੋਗਰਾਮ ਕਰਾਂਗੇ ਅਮਰਜੀਤ ਸਿੰਘ ਕਮਰ ਜਿਹੜੇ ਕਿ ਬ੍ਰਾਡਵੇ ਇਮੀਗ੍ਰੇਸ਼ਨ ਦੇ ਚੀਫ ਨੇ ਸਾਡੇ ਨਾਲ ਮੌਜੂਦ ਨੇ ਮਾਹੌਲ ਜਿਸ ਤਰ੍ਹਾਂ ਦਾ ਬਣਿਆ ਕੈਨੇਡਾ ਦੀ ਪੜ੍ਹਾਈ ਨੂੰ ਲੈ ਕੇ ਕੁਝ ਸਟੂਡੈਂਟ ਕਨਫਿਊਜ਼ਨ 'ਚ ਨੇ ਮਈ ਇਨਟੇਕ 'ਚ ਜਿਨ੍ਹਾਂ ਨੇ ਜਨੂਰੀ 'ਚ ਫ फेब्रुवारी 'ਚ ਫਾਈਲਸ ਲਾਈਆਂ ਸੀ ਕੀ ਉਹਨਾਂ ਦੇ ਰਿਜ਼ਲਟਸ ਅਗਲੇ ਕੁਝ ਦਿਨਾਂ 'ਚ ਆ ਜਾਣਗੇ ਕਈ ਸਟੂਡੈਂਟ ਅਜੇ ਵੀ ਨੇ ਜਿਨ੍ਹਾਂ ਦੀਆਂ ਕਲਾਸਾਂ ਮਈ ਦੇ ਫਰਸਟ ਵੀਕ ਤੋਂ ਸ਼ੁਰੂ ਹੋਣੀਆਂ ਨੇ ਕਿ ਛੇ ਦੀਆਂ 15 ਮਈ ਤੋਂ ਸ਼ੁਰੂ ਹੋਣੀਆਂ ਨੇ ਉਹ ਵਿਦਿਆਰਥੀ ਹੁਣੇ ਕੀ ਕਰਨ ਕਿਹੋ ਜੀ ਰੈਮਡੀ ਹੈ ਜਿਹੜੀ ਉਹ ਵਿਦਿਆਰਥੀ ਲੈ ਸਕਦੇ ਨੇ ਉਸ ਤੋਂ ਪਹਿਲਾਂ ਇੱਕ ਬੇਨਤੀ ਹੈ ਕਿ ਤੁਸੀਂ ਜ਼ਰੂਰ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਕਿਉਂਕਿ ਬਹੁਤ ਇੰਪੋਰਟੈਂਟ ਇਨਫੋਰਮੇਸ਼ਨ ਕਮਰ ਸਾਹਿਬ ਔਰ ਹੋਰ ਸਾਥੀ ਇਸ ਮੰਚ ਤੇ ਆ ਕੇ ਸਾਡੇ ਨਾਲ ਸ਼ੇਅਰ ਕਰਦੇ ਨੇ ਕਮਰ ਸਾਹਿਬ ਬਹੁਤ ਬਹੁਤ ਸਵਾਗਤ ਹੈ ਥੈਂਕ ਯੂ ਜੀ ਪ੍ਰੋਗਰਾਮ ਦੇਖ ਰਹੇ ਸਾਰੇ ਦੋਸਤਾਂ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਕਮਰ ਸਾਹਿਬ ਕੀ ਕਹਿਣਾ ਚਾਹੋਗੇ ਮਹੀਨ ਤੇ ਇੱਕ ਸਿਰ ਤੇ ਹੈ ਦਿਨ ਕੁਝ ਕ ਰਹਿ ਗਏ ਨੇ April ਖਤਮ ਹੋਣ ਵਾਲੀ ਹੈ ਤੇ ਜਨੂਰੀ ਫਰਵਰੀ ਦੇ ਰਿਜ਼ਲਟ ਹਜੇ ਵੀ ਪੈਂਡਿੰਗ ਨੇ ਓਵਰ ਆਲ ਮਈ ਇਨਟੇਕ ਦੇ ਕਾਫੀ ਰਿਜ਼ਲਟ ਪੈਂਡਿੰਗ ਨੇ ਉਧਰ ਆਨਲਾਈਨ ਕਲਾਸਸ ਵੀ ਸ਼ੁਰੂ ਹੋਣਗੀਆਂ ਹੁਣ ਕਰਨ ਕੀ ਸਟੂਡੈਂਟ ਕਲਾਸਾਂ ਸ਼ੁਰੂ ਪ੍ਰੈਜ਼ੈਂਟਲੀ ਡਲੇ ਜੋ ਸਿਚੁਏਸ਼ਨ ਆ ਜੋ ਪ੍ਰੈਜ਼ੈਂਟ ਅਸੀਂ ਐਨਾਲਾਈਜ਼ ਕਰਦੇ ਆ ਕਿ ਮਈ ਇਨਟੇਕ ਦੇ ਤਕਰੀਬਨ 80% ਪਲੱਸ ਰਿਜ਼ਲਟ ਆਊਟ ਹੋ ਚੁੱਕਿਆ ਹਾਰਡਲੀ 20 ਤੋਂ 25% ਵੀ ਸ਼ਾਇਦ ਹੋਊਗਾ 20% ਮੈਂ ਕਹਿ ਸਕਦਾ ਕਿ ਬੱਚਾ ਹੈਗਾ ਜਿਹਦਾ ਹਜੇ ਰਿਜ਼ਲਟ ਪੈਂਡਿੰਗ ਹੈ ਹੁਣ ਇਹਦੇ ਵਿੱਚੋਂ ਜਿਹੜੇ ਰਿਜ਼ਲਟ ਪੈਂਡਿੰਗ ਵਾਲੇ ਬੱਚੇ ਆ ਔਰ ਇਵਨ ਕਈ ਰਿਜ਼ਲਟ ਵਾਲਿਆਂ ਨਾ ਵੀ ਆ ਹੋ ਚੁੱਕਾ ਹੈ ਕਿ ਉਹਨਾਂ ਦੀ ਕਾਲਜ ਦੀ ਉਹ ਡੇਟ ਨਿਕਲ ਚੁੱਕੀ ਹੈ ਜਿੱਥੇ ਤੱਕ ਉਹਨਾਂ ਨੇ ਆਪਣਾ ਵੀਜ਼ਾ ਅਪਡੇਟ ਕਰਨਾ ਸੀ। ਤੋਂ ਮੋਸਟ ਲਾਈਕਲੀ ਉਹ ਆਪਣੇ ਡੈਫਰਮੈਂਟ ਵਾਲੀ ਸਿਚੁਏਸ਼ਨ 'ਚ ਰਹਿ ਗਏ ਨੇ। ਉਸ ਤੋਂ ਬਾਅਦ ਕਈ ਕਾਲਜਿਸ ਨੇ ਜਿਨ੍ਹਾਂ ਦਾ ਹਜੇ ਉਹ ਟਾਈਮ ਪਿਆ ਔਰ ਇਹਦੇ 'ਚ ਮੈਂ ਖਾਸ ਕਰਕੇ ਤੁਹਾਨੂੰ ਯਾਦ ਕਰਾਉਂਦਾ ਕਿ ਬਹੁਤੇ ਬੱਚੇ ਕਾਲਜਿਸ 'ਚ ਅਪਲਾਈ ਕਰਦੇ ਆ ਔਰ ਕਾਲਜਿਸ ਤੁਹਾਨੂੰ ਗ੍ਰੇਸ ਟਾਈਮ ਬਹੁਤ ਘੱਟ ਦਿੰਦੇ ਆ। ਸਭ ਤੋਂ ਜ਼ਿਆਦਾ ਕੋਆਪਰੇਟ ਕਰਦੀਆਂ ਨੇ ਯੂਨੀਵਰਸਿਟੀਆਂ। ਸੋ ਜਿਹੜ ਤਾਂ ਯੂਨੀਵਰਸਿਟੀ ਚਾਹੇ ਅਲਗੋਮਾ ਯੋਕਵਲਿਆ ਹੋਰ ਯੂਨੀਵਰਸਿਟੀਆਂ ਨੇ ਇਹ ਐਂਡ ਡੇਟ ਤੱਕ ਤੁਹਾਡੇ ਰਿਜ਼ਲਟ ਦਾ ਇੰਤਜ਼ਾਰ ਕਰਦੀਆਂ ਨੇ ਉਸ ਤੋਂ ਬਾਅਦ ਵੀ ਤੁਹਾਨੂੰ ਬਿਨਾਂ ਕਿਸੇ ਕਾਸਟ ਤੋਂ ਜਾਂ ਮਿਨਿਮਮ ਕਾਸਟ ਦੇ ਉੱਤੇ ਤੁਹਾਨੂੰ ਆਨਲਾਈਨ ਕਲਾਸਿਸ ਦੇ ਦਿੰਦੀਆਂ ਨੇ ਸੋ ਹੁਣ ਤੁਸੀਂ ਆਪਣੇ ਕਾਲਜ ਨਾਲ ਰਿਫੰਡ ਪਾਲਿਸੀ ਚੈੱਕ ਕਰ ਲਓ ਕਾਲਜਾਂ ਦੇ ਕੇਸਾਂ ਦੇ ਵਿੱਚ ਤੁਹਾਡੀ ਰਿਫੰਡ ਪਾਲਿਸੀ ਕੀ ਹੈ ਅਗਰ ਉਹ ਤੁਹਾਡੇ ਫੇਵਰ ਚ ਬੈੰਦੀ ਹੈ ਤਾਂ ਤੁਸੀਂ ਆਪਣੀਆਂ ਆਨਲਾਈਨ ਕਲਾਸਿਸ ਸਟਾਰਟ ਕਰੋ ਕਿਉਂਕਿ ਆਨਲਾਈਨ ਕਲਾਸਾਂ ਅਗਰ ਸਟਾਰਟ ਕਰ ਲੀਆਂ ਤਾਂ ਫਿਰ ਵਿੱਚੋਂ ਬੰਦ ਨਹੀਂ ਹੋਣੀਆਂ ਫਿਰ ਤੁਹਾਨੂੰ ਪੂਰੀਆਂ ਲਾਉਣੀਆਂ ਪੈਣੀਆਂ ਅਗਰ ਵਿੱਚੋਂ ਬੰਦ ਕਰੋਗੇ ਕੱਲ ਨੂੰ ਰਿਫਿਊਜ਼ ਹੋ ਜਾਓਗੇ ਤਾਂ ਉਹ ਤੁਹਾਡੇ ਪੈਸੇ ਕੱਟਣਗੇ ਇਹ ਕੰਡੀਸ਼ਨਾਂ ਹੁੰਦੀਆਂ ਨੇ ਅੱਗੇ ਕੋਲੀਆਂ ਹੁੰਦੀਆਂ ਸੋ ਧਿਆਨ ਨਾਲ ਆਪਣੀ ਰਿਫੰਡ ਪਾਲਿਸੀ ਸਮਝਣੀ ਆ ਔਰ ਜੇ ਕਲਾਸਿਸ ਲਾ ਰਹੇ ਹੋ ਤਾਂ ਫਿਰ ਪੂਰੀਆਂ ਹੀ ਲਾਉਣੀਆਂ ਨੇ ਜਿੰਨਾ ਚਿਰ ਵੀਜ਼ਾ ਡਿਸਾਈਡ ਨਾ ਹੋ ਜੇ ਵਿੱਚ ਨਹੀਂ ਛੱਡਣੀਆਂ ਔਰ ਜਾਂ ਫਿਰ ਤੁਸੀਂ ਸੇਫ ਸਾਈਡ ਲਈ ਆਪਣੇ ਆਪ ਨੂੰ ਡੈਫਰ ਕਰ ਸਕਦੇ ਹੋ ਸੈਪਟੈਂਬਰ ਇਨਟੇਕ ਲਈ ਤੇ ਉਹਦੇ ਲਈ ਫਲਾਈ ਕਰ ਸਕਦੇ ਹੋ ਆ ਚੀਜ਼ਾਂ ਤੁਸੀਂ ਕੁਝ ਵੀ ਆਪਣੇ ਪ੍ਰੈਜ਼ੈਂਟ ਸਿਨੈਰੀਓ ਦੇ ਨਾਲ ਤੁਸੀਂ ਦੇਖ ਲਓ ਕੀ ਤੁਹਾਨੂੰ ਮੋਸਟ ਫਿਟ ਬੈਠਦਾ ਔਰ ਉਹਦੇ ਅਕੋਰਡਿੰਗ ਆਪਣੇ ਡਿਸੀਜਨਸ ਸੋ ਸਮਝ ਕੇ ਲਵੋ ਮੇ ਦੇ ਰਿਜ਼ਲਟ ਜਿਹੜੇ 15 20% ਬਚੇ ਵੀ ਹੈ ਜੋ ਉਮੀਦ ਹੈ ਕਿ ਉਹ ਤਕਰੀਬਨ 15 ਮਈ ਤੱਕ ਬੱਚਿਆਂ ਨੂੰ ਮਿਲ ਜਾਣਗੇ ਬਿਲਕੁਲ ਠੀਕ ਹੈ ਜੀ ਸੋ ਉਮੀਦ ਕਰਦੇ ਹਾਂ ਕਿ ਸਟੂਡੈਂਟਸ ਦੇ ਨਾਲ ਜਿਹੜੇ ਅਗਲੇ ਦਿਨ ਨੇ ਉਹ ਫੇਵਰੇਬਲ ਰਹਿਣਗੇ ਫਿਰ ਵੀ ਕਿਸੇ ਸਟੂਡੈਂਟ ਨੂੰ ਕੋਈ ਕਨਫਿਊਜ਼ਨ ਹੈ ਤੇ ਉਹ ਤੁਹਾਡੇ ਨਾਲ ਸੰਪਰਕ ਕਰੋ ਅਗਰ ਡੈਫਰ ਕਰਨਾ ਚਾਹਣ ਸਟੂਡੈਂਟ ਤੇ ਕੋਈ ਆਪਸ਼ਨ ਬਣਦੀ ਹੈ ਸਟੂਡੈਂਟਸ ਕੋਲੇ ਡੈਫੀਨਿਟਲੀ ਦੇ ਅ ਕਾਲਜ ਸਾਰੇ ਹੀ ਆਲਮੋਸਟ ਉਹਨਾਂ ਨੂੰ ਡੈਫਰਮੈਂਟ ਦੇਣਗੇ ਬਹੁਤ ਰੀਅਰ ਕੇਸ ਹੈ ਕਿ ਕੋਈ ਕਾਲਜ ਉਹਨਾਂ ਨੂੰ ਡੈਫਰਮੈਂਟ ਤੋਂ ਮਨਾ ਕਰ ਦੇ ਅਗਰ ਮਨਾ ਕਰ ਦੇਗਾ ਤੇ ਉਹ ਡੈਫੀਨਿਟਲੀ ਉਹਨਾਂ ਦੀ ਚੁਆਇਸ ਗਲਤ ਸੀ ਜਿਹੜੀ ਉਹਨਾਂ ਨੇ ਬਣਾਈਆਂ ਸ਼ੁਰੂ ਚ ਬਟ ਹਾਂ ਪ੍ਰੈਜ਼ੈਂਟ ਸਿਨੈਰੀਓ ਤੁਹਾਨੂੰ ਆਪਣੇ ਕਾਲਜਿਸ ਦੀ ਪਾਲਿਸੀ ਤੇ ਦੇਖਣਾ ਪਊਗਾ ਜੋ ਪਾਲਿਸੀ ਆਪਸ਼ਨ ਦੇਊਗੀ ਉਹਦੇ ਅਕੋਰਡਿੰਗ ਹੀ ਤੁਸੀਂ ਡਿਸੀਜਨ ਲੈ ਸਕਦੇ ਆ ਕੋਈ ਇੱਕ ਸਲਾਹ ਸਾਰੇ ਬੱਚਿਆਂ ਤੇ ਅਪਲਾਈ ਨਹੀਂ ਹੋ ਸਕਦੀ ਅਗਰ ਅਗਰ ਸੈਪਟੈਂਬਰ ਇਨਟੇਕ ਕੋਰਸ ਨਹੀਂ ਹੈ ਡੈਫਰ ਕਰਨ ਤੇ ਤਾਂ ਫਿਰ ਜਨੂਅਰੀ ਆਪਸ਼ਨ ਬਚਦਾ ਡੈਫੀਨਿਟਲੀ ਫਿਰ ਜੋ ਵੀ ਨੈਕਸਟ ਇਨਟੇਕ ਹੈ ਜਿਹਦੇ ਚ ਵੀ ਉਹ ਕੋਰਸ ਡੈਫਰ ਹੁੰਦਾ ਹੈ ਬੱਚਿਆਂ ਨੂੰ ਉਹਦੇ ਤੇ ਹੀ ਜਾਣਾ ਪਊਗਾ ਈਵਨ ਕਈ ਕੋਰਸ ਇਦਾਂ ਦੇ ਨੇ ਜਿਹੜੇ ਮੇ ਵਿੱਚ ਡੈਫਰ ਹੋਗੇ ਮੇ ਚ ਹੀ ਮਿਲਣਗੇ ਸੋ ਅਨਫੋਰਚੂਨੇਟਲੀ ਉਹ ਵੀ ਸਿਚੁਏਸ਼ਨ ਕਈ ਬੱਚਿਆਂ ਨਾਲ ਹੋ ਸਕਦੀ ਹੈ ਥੈਂਕ ਯੂ ਸੋ ਮੱਚ ਕਵਰ ਸਾਹਿਬ 9023890238 ਟੈਲੀਫੋਨ ਨੰਬਰ ਹੈ ਕੋਈ ਵੀ ਕਨਫਿਊਜ਼ਨ ਹੈ ਤੁਸੀਂ ਰੀਪਲਾਈ ਕਰਨਾ ਹੈ ਜਾਂ ਤੁਸੀਂ ਫਰੈਸ਼ ਅਪਲਾਈ ਕਰਨਾ ਹੈ ਤੇ ਜ਼ਰੂਰ ਬਰੌਡਵੇ ਇਮੀਗ੍ਰੇਸ਼ਨ ਦੇ ਨਾਲ ਸੰਪਰਕ ਕਰੋ ਪੂਰੀ ਕਲੈਰਿਟੀ ਕਮਰ ਸਾਹਿਬ ਤੁਹਾਨੂੰ थैंक यू ਸੋ ਮਚ ਰੋਡਵੇ ਤੁਹਾਡੇ ਵਿਦੇਸ਼ ਜਾਣ ਦੇ ਸੁਪਨਿਆਂ ਨੂੰ ਦੇਵੇਗਾ ਹਕੀਕਤ ਦੀ ਉਡਾਣ